जी दोस्तों तुसी सुन रहे हो हरमन रेडियो ते मैं तुहाडा दोस्त मिंटू बराड़ फिर एक बार हाजिर हाँ जी ग्रिफ्त खेडां दे 17वीं ग्रिफ्त खेडां दे मैदान दे विचों जिस तरह असीं वख-वख शख्सियतां नूं तुहाडे नाल मुलाकात करा रहे हां उसे तहत ही हुण जिहड़ी असीं अगली शख्सियत लैके आए हां उह शख्सियत दी जाण पछाण कराउण दी लोड़ नहीं हैगी जी उहनां नूं तुसीं सुणन सार उहनां नूं देखण सार तुसीं जाण ही जाओगे वी उह आस्ट्रेलिया दे इक बहुत ही पुरानी शख्सियत ने ते जिहड़े कि काफी लंबे चिरे तों चिरां तों सोशल लाइफ नाल जुड़े हुए ने ते उहनां नाल असीं जिहड़ियां चार अज दी जिहड़ियां गेमां दे जिहड़े मामले दे विच उहनां दीआं यादां उहनां दीआं गल्लां ਉਹ ਤੁਹਾਡੇ ਨਾਲ ਸ਼ੇਅਰ ਕਰਾਵਾਂਗੇ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਗੱਲਾਂ ਕਈ ਲੋਕ ਕਹਿੰਦੇ ਉਹ ਗੱਲਾਂ ਚੁਟਕਲਿਆਂ ਵਰਗੀਆਂ ਹੁੰਦੀਆਂ ਕਈ ਲੋਕ ਕਹਿੰਦੇ ਉਹ ਗੱਲਾਂ ਗਿਆਨ ਦੀਆਂ ਭਰੀਆਂ ਹੁੰਦੀਆਂ ਤੇ ਕਈ ਲੋਕ ਕਹਿੰਦੇ ਆ ਵੀ ਕਦੇ ਕਦੇ ਗਿਆਨੀ ਜੀ ਕਹਿੰਦੇ ਉਹ ਕਈ ਲੋਕ ਨੇ ਉਹ ਗਿਆਨੀ ਜੀ ਖੁਦ ਕਹਿੰਦੇ ਹੁੰਦੇ ਮੈਂ ਸਿਰ ਵੀ ਖਾ ਜਾਣਾ ਲੋਕਾਂ ਦਾ ਪਰ ਹੁਣ ਦੇਖਦੇ ਹਾਂ ਗਿਆਨੀ ਜੀ ਕੀ ਕਹਿਣਾ ਚਾਹੁੰਗੇ ਅੱਜ ਦੀਆਂ ਗ੍ਰਿਫਸ ਖੇਡਾਂ ਦੇ ਮਾਮਲੇ 'ਚ ਸੋ ਗਿਆਨੀ ਜੀ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਖਾਸ ਪ੍ਰੋਗਰਾਮ 'ਚ ਜੀ ਗਿਆਨੀ ਜੀ ਕੀ ਤੁਸੀਂ ਜਿਹੜੀਆਂ ਗ੍ਰਿਫਤ ਗੇਮਾਂ 17 ਸਾਲ ਪੁਰਾਣੀਆਂ ਹੋ ਚੁੱਕੀਆਂ ਤੇ ਤੁਸੀਂ ਇਹਨਾਂ ਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਇਹ ਬਹੁਤ ਚੰਗੀ ਗੱਲ ਆ ਖੇਡਾਂ ਦਾ ਮਨੁੱਖੀ ਸਮਾਜ ਦੇ ਵਿੱਚ ਬੜਾ ਮਹੱਤਵਪੂਰਨ ਹਿੱਸਾ ਹੈ ਜੀ ਤੇ ਸਿੱਖ ਇਤਿਹਾਸ ਜੇ ਪੜ੍ਹੀਏ ਜੀ ਤਾਂ ਉਹਦੇ ਵਿੱਚ ਵੀ ਖੇਡਾਂ ਨੂੰ ਬੜੀ ਮਹੱਤਤਾ ਦਿੱਤੀ ਗਈ ਆ ਜੀ ਬਲਕਿ ਗੁਰਬਾਣੀ ਵਿੱਚ ਤਾਂ ਸਾਰੇ ਸੰਸਾਰ ਨੂੰ ਹੀ ਇੱਕ ਰਚਨਾ ਦੀ ਖੇਡ ਕਿਹਾ ਗਿਆ ਇਹ ਸਾਰਾ ਪਰਮਾਤਮਾ ਦਾ ਮਹਾਨ ਜਿਹੜਾ ਖੇਡ ਕਰਾਉਣ ਵਾਲਾ ਸੂਤਰਧਾਰ ਡਾਇਰੈਕਟਰ ਹੈ ਨਾ ਜੀ ਜੀ ਉਸ ਦੇ ਅਸੀਂ ਸਾਰੇ ਉਹਦੇ ਹੱਥਾਂ ਵਿੱਚ ਖਿਡਾਉਣੇ ਆ ਜੀ ਅਸੀਂ ਖੇਲ ਖੇਡ ਰਹੇ ਆ ਬਾਜੀ ਕਰ ਜੈਸੇ ਬਾਜੀ ਪਾਈ ਖਿਲਾਵਣ ਹਾਰੋ ਜਾਣੇ ਕਿਉਂਕਿ ਕਾਟ ਕੇ ਪੁੱਤਰੀ ਕਾਂ ਕਰੇ ਬਪਰੀ ਖਿਲਾਵਣ ਹਾਰੋ ਜਾਣੇ ਇਹ ਸਾਰਾ ਸੰਸਾਰ ਵਿਸ਼ਾਲ ਰੂਪ ਦੇ ਵਿੱਚ ਨਿਰੰਕਾਰ ਦੇ ਦੁਆਰਾ ਵੱਖ ਵੱਖ ਪਾਤਰਾਂ ਦੇ ਰੂਪ ਦੇ ਵਿੱਚ ਖੇਡਾਂ ਦੇ ਦੁਆਰਾ ਹੀ ਹਿੱਸਾ ਲੈ ਰਿਹਾ ਜੀ ਇਸ ਨੂੰ ਹੋਰ ਨੇੜੇ ਵਿੱਚ ਆਈਏ ਤਾਂ ਸਿੱਖ ਧਰਮ ਅਤੇ ਇਤਿਹਾਸ ਨੂੰ ਪੜ੍ਹਿਆ ਵੀ ਪਤਾ ਲੱਗਦਾ ਹੈ ਕਿ ਸਿੱਖੀ ਦੇ ਵਿੱਚ ਵੀ ਖੇਡਾਂ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਸੀ ਜੀ ਕਿਉਂਕਿ ਸਰੀਰ ਨੂੰ ਤੰਦਰੁਸਤ ਸ਼ਕਤੀਸ਼ਾਲੀ ਰੱਖਣ ਲਈ ਦੋ ਚੀਜ਼ਾਂ ਜ਼ਰੂਰੀ ਤਿੰਨ ਚੀਜ਼ਾਂ ਬਲਕਿ ਜ਼ਰੂਰੀ ਨੇ ਸ਼ੁੱਧ ਖੁਰਾਕ ਸ਼ੁੱਧ ਵਿਚਾਰ ਤੇ ਕਸਰਤ ਜੀ ਤੇ ਕਸਰਤ ਜਿਹਨੂੰ ਤੁਸੀਂ ਐਕਸਰਸਾਈਜ਼ ਕਹਿੰਦੇ ਹੋ ਜੀ ਜੀ ਇਹ ਕਸਰਤ ਜਿੰਨੀ ਖੇਡਾਂ ਦੇ ਵਿੱਚ ਹੋ ਸਕਦੀ ਹੈ ਖੇਡਾਂ ਤੋਂ ਬਿਨਾਂ ਨਹੀਂ ਹੋ ਸਕਦੀ ਸੋ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਇਹ ਤਿੰਨੋਂ ਚੀਜ਼ਾਂ ਬੜੀਆਂ ਮਹੱਤਵਪੂਰਨ ਨੇ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਵੀ ਜੇ ਤੁਸੀਂ ਸਰੀਰ ਦੇ ਨਾਲ ਰੱਬ ਨੂੰ ਵੀ ਯਾਦ ਕਰਨਾ ਆ ਜੀ ਜੀ ਤਾਂ ਉਹ ਸਰੀਰ ਵੀ ਤੰਦਰੁਸਤ ਹੋਣਾ ਚਾਹੀਦਾ ਹੈ ਨਾਨਕ ਸੋ ਪ੍ਰਭ ਸਿਮਰੀ ਹੈ ਜੀ ਤਿਸ ਦੇਹੀ ਕੋ ਪਾਲ ਪਾਲਣਾ ਕੇਵਲ ਕੜਾਹ ਪ੍ਰਸ਼ਾਦ ਛਕਣ ਨਾਲ ਹੀ ਨਹੀਂ ਹੁੰਦੀ ਜਾਂ ਦੁੱਧ ਘਿਓ ਖਾਣ ਨਾਲ ਹੀ ਨਹੀਂ ਹੁੰਦੀ ਉਹਦੇ ਨਾਲ ਇਹ ਖੁਰਾਕਾਂ ਖਾ ਕੇ ਨਾਲ ਕਸਰਤ ਕਰਨੀ ਵੀ ਜ਼ਰੂਰੀ ਹੈ ਤੇ ਸਤਿਗੁਰੂ ਹਰਗੋਬਿੰਦ ਸਤਿਗੁਰੂ ਨਾਨਕ ਸਾਹਿਬ ਦੀ ਦੂਸਰੀ ਜੋਤ ਗੁਰੂ ਅੰਗਦ ਦੇਵ ਜੀ ਹਜ਼ੂਰ ਦੀ ਧਰਤੀ ਦੇ ਅੰਦਰ ਬੱਚਿਆਂ ਤੇ ਨੌਜਵਾਨਾਂ ਦੀਆਂ ਖੇਡਾਂ ਕਰਵਾਇਆ ਕਰਦੇ ਸਨ ਜੀ ਜੀ ਆਪਣੀ ਅਗਵਾਈ ਹੇਠਾਂ ਘੋਲ ਕਰਵਾਇਆ ਕਰਦੇ ਸਨ ਜੀ ਫਿਰ ਇਸ ਤੋਂ ਅੱਗੇ ਲੰਘ ਕੇ ਆ ਜਾਓ ਕਿਉਂਕਿ ਦੂਸਰੇ ਗੁਰੂ ਸਾਹਿਬਾਨਾਂ ਵੇਲੇ ਵੀ ਇਹ ਪਰੰਪਰਾ ਜ਼ਰੂਰ ਚੱਲਦੀ ਰਹੀ ਹੋਵੇਗੀ ਪਰ ਇਤਿਹਾਸ ਵਿੱਚ ਥਾਂ ਥਾਂ ਹਰੇਕ ਘਟਨਾ ਦਾ ਜ਼ਿਕਰ ਨਹੀਂ ਆਉਂਦਾ ਤੇ ਨਾ ਹੀ ਸਾਰਾ ਕੁਝ ਇਤਿਹਾਸ ਵਿੱਚ ਆ ਸਕਦਾ ਕਿਉਂਕਿ ਵਾਪਰਦਾ ਸਾਗਰ ਸਮਾਨ ਆ ਤੇ ਲਿਖਤ ਵਿੱਚ ਬੂੰਦ ਸਮਾਨ ਆਉਂਦਾ ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਉਹਨਾਂ ਨੇ ਮਾਰਸ਼ਲ ਖੇਡਾਂ ਨੂੰ ਉਤਸ਼ਾਹਿਤ ਕੀਤਾ ਜੀ ਗਤਕਾ ਘੋੜ ਸਵਾਰੀ ਜੇਜੇ ਬਾਜੀ ਤੀਰ ਅੰਦਾਜੀ ਸ਼ਿਕਾਰ ਖੇਡਣਾ ਖਿਡਾਉਣਾ ਸਿੱਖਾਂ ਦੇ ਵਿੱਚ ਜੰਗ ਜੋ ਸਮੇਂ ਦੇ ਅਨੁਸਾਰ ਯੋਗਤਾ ਭਰਨ ਵਾਸਤੇ ਉਹ ਖੇਡਾਂ ਕਰਾਉਂਦੇ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੁੱਲੇ ਦਲਾਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਤੇ ਬਾਅਦ ਦੇ ਵਿੱਚ ਦਲ ਖਾਲਸਾ ਔਰ ਮਿਸਲਾਂ ਦੇ ਸਮੇਂ ਵੀ ਜਿੱਥੇ ਅਖਾੜੇ ਹੋਰ ਗਤਕੇ ਬਾਜੀ ਹੋਇਆ ਕਰਦੀ ਸੀ ਦਲਾਨ ਦੇ ਵਿੱਚ ਜੀ ਬਿਲਕੁਲ ਤੇ ਇਤਿਹਾਸ ਸਾਨੂੰ ਦੱਸਦਾ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਆਪ ਵੀ ਘੁਲਿਆ ਕਰਦੇ ਸਨ ਜੀ ਕਿ ਉਹ ਸਰੀਰਕ ਤੌਰ ਤੇ ਇੰਨੇ ਬਲੀ ਸਨ ਜੀ ਕਿ ਸਵਾਏ ਇੱਕ ਪੈਂਦੇ ਖਾਨ ਜੀ ਅਖਾੜੇ ਦੇ ਵਿੱਚ ਹੋਰ ਕੋਈ ਬੰਦਾ ਉਹਨਾਂ ਦਾ ਜੋਰ ਨਹੀਂ ਸੀ ਕਰਵਾ ਸਕਦਾ ਜੀ ਸ਼ਕਤੀਸ਼ਾਲੀ ਸਨ ਜੀ ਫਿਰ ਅੱਗੇ ਅਸੀਂ ਆ ਜਾਈਏ ਸਤਿਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦਾ ਸਮਾਂ ਉਹਨਾਂ ਨੇ ਤਾਂ ਆਪਣੇ ਖਾਲਸਾ ਪੰਥ ਦੇ ਵਿੱਚ ਸਮੇਂ ਦੀ ਲੋੜ ਅਨੁਸਾਰ ਜੰਗਜੂ ਯੋਗਤਾ ਅਤੇ ਭਾਵਨਾ ਭਰਨ ਵਾਸਤੇ ਸਾਰਾ ਹੀ ਇਹ ਮਾਰਸ਼ਲ
ਗੇਮਾਂ ਵੱਲ ਜ਼ੋਰ ਦਿੱਤਾ ਜਿੱਥੇ ਗੁਰੂ ਨਾਨਕ ਦੀ ਸਿੱਖਿਆ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਉਹ ਤੇ ਚੱਲਦਾ ਹੀ ਰਿਹਾ ਸੀ ਉਹ ਤੇ ਸਾਰੇ ਗੁਰੂ ਸਾਹਿਬਾਨ ਦੇ ਸਮੇਂ ਨਾਨਕ ਲੇਖ ਹੈ ਇੱਕ ਗੱਲ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਰਮਾਈ ਇਸ ਤੋਂ ਇਲਾਵਾ ਆਪਣੇ ਜਿਹੜਾ ਕਿ ਵਿਰੋਧੀ ਵਾਤਾਵਰਣ ਸੀ ਸਮੇਂ ਦੀ ਹਕੂਮਤ ਨੇੜੇ ਦੇ ਪਹਾੜੀ ਰਾਜੇ ਉਹਨਾਂ ਦੇ ਨਾਲ ਵਿਰੋਧ ਦਾ ਸਾਹਮਣਾ ਕਰਨ ਲਈ ਟਾਕਰਾ ਕਰਨ ਵਾਸਤੇ ਸਿੱਖਾਂ ਦੇ ਵਿੱਚ ਜੰਗੀ ਯੋਗਤਾ ਭਰੀ ਇੱਥੋਂ ਤੱਕ ਕਿ ਤੁਸੀਂ ਵੇਖਦੇ ਹੋਵੋਗੇ ਕਿ ਹਿੰਦੁਸਤਾਨ ਦੇ ਅੰਦਰ ਕੁਝ ਪਰੰਪਰਾਗਤ ਮੇਲੇ ਚੱਲਦੇ ਆ ਰਹੇ ਨੇ ਦੀਵਾਲੀ ਦਾ ਮੇਲਾ ਵਿਸਾਖੀ ਦਾ ਮੇਲਾ ਹੈ ਲੋਹੜੀ ਦਾ ਮੇਲਾ ਹੈ ਹੋਲੀਆਂ ਦਾ ਮੇਲਾ ਹੈ ਤੁਸੀਂ ਵੇਖਦੇ ਹੋ ਕਿ ਬਹੁਤੇ ਮੇਲਿਆਂ ਦੀਵਾਲੀ ਨੂੰ ਵੀ ਖਾਣ ਪੀਣ ਨਾਲ ਤੇ ਜੂਏ ਨਾਲ ਜੋੜ ਲਿਆ ਗਿਆ ਬਿਲਕੁਲ ਜੀ ਤੇ ਹੋਲੀਆਂ ਨੂੰ ਵੀ ਖਾਣ ਪੀਣ ਨਸ਼ੇ ਤੇ ਗੰਦ ਉਛਾਲਣ ਇੱਕ ਦੂਜੇ ਉੱਪਰ ਤੇ ਅਸ਼ਲੀਲ ਹਰਕਤਾਂ ਕਰਨ ਦੇ ਨਾਲ ਜੋੜ ਲਿਆ ਗਿਆ ਸਹੀ ਗੱਲ ਇਸ ਤਰ੍ਹਾਂ ਲੋਹੜੀ ਦੇ ਸਮੇਂ ਵੀ ਖਾਣ ਪੀਣ ਨਾਲ ਜੋੜ ਲਿਆ ਗਿਆ ਸਤਿਗੁਰੂ ਸਾਹਿਬਾਨ ਨੇ ਇਹਨਾਂ ਮੇਲਿਆਂ ਨੂੰ ਬੰਦ ਨਹੀਂ ਕੀਤਾ ਇਹਨਾਂ ਵਿੱਚ ਆ ਚੁੱਕੀਆਂ ਜੋ ਮਾੜੀਆਂ ਰਸਮਾਂ ਸਨ ਮਾੜੀਆਂ ਚੀਜ਼ਾਂ ਨੂੰ ਹਟਾ ਕੇ ਇਹਨਾਂ ਨੂੰ ਸ਼ੁੱਧ ਰੂਪ ਦੇ ਵਿੱਚ ਕੀਤਾ ਜਿਵੇਂ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੋਲੀ ਨੂੰ ਹੋਲੇ ਮਹੱਲੇ ਦਾ ਰੂਪ ਦੇ ਕੇ ਸਿੱਖਾਂ ਦੇ ਵਿੱਚ ਗਤਕਾ ਨੇਜੇਬਾਜ਼ੀ ਘੋੜ ਸਵਾਰੀ ਤੀਰ ਅੰਦਾਜ਼ੀ ਗੋਲੀਬਾਰੀ ਆਦਿਕ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਸਿੱਖਾਂ ਦੇ ਦੋ ਜਥਿਆਂ ਨੂੰ ਸਿੱਖ ਪੰਥ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਮਸਨੂਈ ਲੜਾਈ ਤੇ ਫਿਰ ਮਹੱਲਾ ਇਉਂ ਉਹ ਜਲੂਸ ਕੱਢਣਾ ਜਿਹਨੂੰ ਅੱਜ ਕੱਲ੍ਹ ਨਗਰ ਕੀਰਤਨ ਕਹਿੰਦੇ ਨੇ ਤੇ ਜਿਵੇਂ ਤਿਆਰ ਹੋ ਕੇ ਕਿਸੇ ਦੂਸਰੇ ਦੇ ਉੱਪਰ ਹਮਲਾ ਕਰਨਾ ਹੁੰਦਾ ਸੋ ਇਹ ਖੇਡਾਂ ਸਿੱਖਾਂ ਦੇ ਵਿੱਚ ਬੜਾ ਮਹੱਤਵ ਅਸਰ ਰੱਖਦੀਆਂ ਤੇ ਹੁਣ ਆਪਾਂ ਆ ਜਾਈਏ ਆਸਟ੍ਰੇਲੀਆ ਦੇ ਵਿੱਚ ਜੀ ਜੀ ਕਹਿੰਦੇ ਦੇਖੋ ਤੁਸੀਂ ਖੇਡਾਂ ਦਾ ਸਿੱਖ ਧਰਮ ਦੇ ਨਾਲ ਸੰਬੰਧ ਏਦੋਂ ਵਧੀਆ ਢੰਗ ਨਾਲ ਮੈਨੂੰ ਨਹੀਂ ਕਰ ਲੱਗਦਾ ਵੀ ਕਿਸੇ ਢੰਗ ਨਾਲ ਵਿਸਤਾਰ ਕੀਤਾ ਜਾ ਸਕਦਾ ਸੀ ਤੁਸੀਂ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਬਹੁਤ ਹੀ ਵਧੀਆ ਢੰਗ ਨਾਲ ਜਿਹੜਾ ਸਿੱਖ ਤੇ ਖੇਡਾਂ ਦਾ ਜਿਹੜਾ ਰਿਲੇਸ਼ਨ ਦੱਸਿਆ ਹੁਣ ਜਿਹੜੀ ਗੱਲ ਆ ਜਾਂਦੀ ਹੈ ਜਿਹੜੀ ਗ੍ਰਿਫਤ ਖੇਡਾਂ ਦੀ ਇਹ ਖੇਡਾਂ ਤਕਰੀਬਨ 17 ਕੁ ਸਾਲ ਪਹਿਲਾਂ ਸ਼ੁਰੂ ਹੋਈਆਂ ਤੇ ਘੱਲੂਘਾਰੇ ਦੇ ਜਿਹੜੀ ਯਾਦ ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ੁਰੂ ਕਰਾਈ ਗਈਆਂ ਤੁਹਾਡਾ ਇਹਨਾਂ ਖੇਡਾਂ ਨਾਲ ਕਿੱਥੋਂ ਤੋਂ ਵਾਸਤਾ ਗੁੱਡ ਪੁਆਇੰਟ ਨਿੱਕੀ ਜੀ ਭੂਮਿਕਾ ਵਜੋਂ ਵੀ ਜਿੱਥੇ ਜਿੱਥੇ ਵੀ ਸਿੱਖ ਗਏ ਨੇ ਉਹਨਾਂ ਨੇ ਆਪਣੇ ਵਿੱਤ ਤੇ ਵਸੀਲਿਆਂ ਦੇ ਅਨੁਸਾਰ ਜਿੱਥੇ ਗੁਰਦੁਆਰੇ ਸਾਰੇ ਨੇ ਉੱਥੇ ਉਹਨਾਂ ਨੇ ਖੇਡਾਂ ਐਸੋਸੀਏਸ਼ਨ ਬਣਾ ਕੇ ਕਲੱਬ ਖੇਡ ਕਲੱਬਾਂ ਬਣਾ ਕੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਪੰਜਾਬੀ ਪੜ੍ਹਾਉਣ ਦੇ ਨਾਲ ਨਾਲ ਗੁਰਦੁਆਰਿਆਂ ਦੇ ਲੰਗਰ ਚਲਾਉਣ ਦੇ ਨਾਲ ਨਾਲ ਇਸੇ ਤਰ੍ਹਾਂ ਹੀ ਆਸਟ੍ਰੇਲੀਆ ਵਿੱਚ ਆ ਜਾਈਏ ਇੱਥੇ ਵੀ 1988 ਦੇ ਵਿੱਚ ਸਭ ਤੋਂ ਪਹਿਲਾਂ ਈਸਟਰ ਦੇ ਮੌਕੇ ਤੇ ਐਡੀਲੇਡ ਦੇ ਵਿੱਚ ਸਿੱਖ ਆਸਟ੍ਰੇਲੀਆ ਵਾਈਡ ਸਿੱਖ ਗੇਮਾਂ ਸ਼ੁਰੂ ਕੀਤੀਆਂ ਗਈਆਂ ਸੀ ਜੋ ਕਿ ਹਰ ਸਾਲ ਹੁੰਦੀਆਂ ਨੇ ਈਸਟਰ ਤੇ ਚੱਲਦੀਆਂ ਆ ਰਹੀਆਂ ਉਹਦੇ ਵਿੱਚ ਹੋਰ ਵੀ ਵਾਧਾ ਹੋ ਰਿਹਾ ਉਹਨਾਂ ਗੇਮਾਂ ਨੂੰ ਚਲਾਉਣ ਵਾਸਤੇ ਕਿ ਆਸਟ੍ਰੇਲੀਆ ਵਾਈਡ ਗੇਮ ਖੇਡ ਕਮੇਟੀ ਵੀ ਐਸੋਸੀਏਸ਼ਨ ਵੀ ਬਣੀ ਹੋਈ ਹੈ ਜਿਹਦੇ ਪ੍ਰਬੰਧ ਹੇਠਾਂ ਉਹ ਕੰਮ ਹੁੰਦਾ ਹੈ ਆਸਟ੍ਰੇਲੀਆ ਤੋਂ ਇਲਾਵਾ ਗੁਆਂਢੀ ਮੁਲਕਾਂ ਸਿੰਗਾਪੁਰ ਮਲੇਸ਼ੀਆ ਇੰਡੋਨੇਸ਼ੀਆ ਹਾਂਗਕਾਂਗ ਲੰਡਨ UK ਨਿਊਜ਼ੀਲੈਂਡ ਆਦਿਕ ਮੁਲਕਾਂ ਦੀਆਂ ਟੀਮਾਂ ਵੀ ਆਣ ਕੇ ਹਿੱਸਾ ਲੈਂਦੀਆਂ ਨੇ ਇਸ ਇਹ ਤੇ ਹੋ ਗਈ ਸਮੁੱਚੇ ਤੌਰ ਤੇ ਗੱਲ ਹੁਣ ਆ ਜਾਈਏ ਆਪਾਂ ਗ੍ਰਿਫਤ ਵੱਲ ਇੱਥੇ 1995 ਵਿੱਚ ਸਰ ਰਣਜੀਤ ਸਿੰਘ ਸ਼ੇਰਗਿੱਲ ਜਿਹੜੇ ਅੱਜ ਕੱਲ੍ਹ ਚਲੇ ਗਏ ਨੇ ਮੈਲਬਰਨ ਹੁਣ ਆਏ ਹੋਏ ਨੇ ਗੇਮਾਂ ਵਿੱਚ ਇਹਨਾਂ ਦਾ ਆਪਣਾ ਭਰਾ ਪੁਲਿਸ ਮੁਕਾਬਲੇ ਦੇਸ਼ ਸ਼ਹੀਦ ਹੋ ਗਿਆ ਸੀ ਉਸ ਭਰਾ ਦੀ ਵੀ ਗੱਲ ਕਿਉਂਕਿ ਨੇੜੇ ਦੀ ਵੀ ਬਲੱਡ ਇਜ਼ ਆਗ ਦੇ ਥਿੱਕਰ ਦੈਨ ਵਾਟਰ ਜਦੋਂ ਤੁਹਾਡੇ ਘਰ ਅੱਗ ਲੱਗੀ ਹੋਵੇ ਤੇ ਉਹ ਜ਼ਿਆਦਾ ਸੇਕ ਹੁੰਦਾ ਦੂਜੇ ਤੇ ਕਈ ਵਾਰੀ ਬਸੰਤਰ ਦੇਵਤਾ ਹੀ ਲੱਗਦੀ ਹੈ ਇਹਨਾਂ ਨੇ ਆਪਣੇ ਭਰਾ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਗ੍ਰਿਫਤ ਦੇ ਵਿੱਚ ਖੇਡ ਮੇਲਾ ਬੜੇ ਛੋਟੇ ਪੈਮਾਨੇ ਤੇ ਸ਼ੁਰੂ ਕੀਤਾ ਸੀ ਦੋ ਸਾਲ ਕੁਝ ਨਹੀਂ ਹੋਇਆ ਫਿਰ ਉਸ ਤੋਂ ਬਾਅਦ ਗੁਰਦੁਆਰਾ ਦੀ ਕਮੇਟੀ ਸ੍ਰੀ ਗੁਰੂ ਸਿੰਘ ਸਭਾ ਨੇ ਇਸ ਕੰਮ ਨੂੰ ਆਪਣੇ ਹੱਥ ਵਿੱਚ ਲੈ ਕੇ ਤੇ ਹਰ ਸਾਲ ਇਹ ਖੇਡਾਂ ਦਾ ਪ੍ਰਬੰਧ ਕਰਨ ਦਾ ਉਦਮ ਕੀਤਾ ਜਿੱਥੇ ਬਾਕੀ ਖੇਡਾਂ ਦੇ ਐਸੋਸੀਏਸ਼ਨਾਂ ਪ੍ਰਬੰਧ ਕਰਦੀਆਂ ਨੇ ਫਿਰ ਉਹਨਾਂ ਦੇ ਵਿੱਚ ਬਹੁਤ ਮਹਿੰਗੇ ਕਮੈਂਟੇਟਰ ਬਾਹਰੋਂ ਲਿਆ ਕੇ ਸੱਦੇ ਜਾਂਦੇ ਨੇ ਤੁਹਾਡੇ ਕਿਰਤੀਆਂ ਤੋਂ ਉਗਰਾਹੀ ਕਰਕੇ ਉਹਨਾਂ ਤੇ ਖਰਚ ਕੀਤਾ ਜਾਂਦਾ ਫਿਰ ਗਾਉਣ ਵਾਲੀਆਂ ਲਚਰ ਬੰਦਿਆਂ ਨੂੰ ਲਿਆ ਕੇ ਗੰਦੇ ਗੀਤ ਗਵਾਏ ਜਾਂਦੇ ਨੇ ਫਿਰ ਰਾਤ ਨੂੰ ਡਿਨਰ ਡਾਂਸ ਕੀਤਾ ਜਾਂਦਾ ਆ ਇਹ ਖਰਚ
ਕੀਤੇ ਜਾਂਦੇ ਨੇ। ਮੁਬਾਰਕ ਉਹਨਾਂ ਨੂੰ ਜੀ, ਚੰਗਾ ਸਮਝਦੇ ਹੋਣਗੇ ਕਰਦੇ ਨੇ। ਡਿਨਰ ਡਾਇਲੋਗ ਜਿਹੜਾ ਜਾਂਦਾ ਜੇ ਮੈਂ ਨਹੀਂ ਜਾਂਦਾ, ਕੋਈ ਪੈਸੇ ਖਰਚ ਕੇ ਟਿਕਟ ਕੇ ਜਾਂਦਾ, ਮੈਨੂੰ ਕੀ ਤਕਲੀਫ ਆ? ਬਿਲਕੁਲ। ਪਰ ਇਹਨਾਂ ਗੇਮਾਂ ਦੀ ਵੱਖਰੀ ਗੱਲ ਆ, ਕਿਉਂਕਿ ਇਹ ਸ਼ਹੀਦਾਂ ਨੂੰ ਸਮਰਪਿਤ ਨੇ ਜੀ। ਇਹ ਸ਼ਹੀਦਾਂ ਦੀ ਸ਼ਹਾਦਤ ਕੁਰਬਾਨੀ ਨੂੰ ਨਤਮਸਤਕ ਹੋਣ ਲਈ, ਸਿਰ ਝੁਕਾਉਣ ਵਾਸਤੇ ਮੈਂ ਅਮਨਦੀਪ ਨੂੰ ਟੋਕਿਆ ਸੀ, ਨਤਮਸ਼ਤਕ ਨਾ ਕਹਿ, ਉਹ ਤੇ ਮੇਰੇ ਮੂੰਹੋਂ ਵੀ ਨਿਕਲ ਗਿਆ। ਅੱਛਾ, ਤੇ ਉਹ ਇਹ ਇੱਕ ਖਾਸ, ਇੱਕ ਤਾਂ ਗੁਰਦੁਆਰਾ ਕਮੇਟੀ ਸ੍ਰੀ ਗੁਰੂ ਸਿੰਘ ਸਭਾ ਦੀ ਅਗਵਾਈ ਹੇਠਾਂ ਇਹ ਹੁੰਦਾ ਹੈ, ਤੇ ਸਾਰਾ ਲੰਗਰ ਮਠਿਆਈਆਂ ਆਦਿਕ ਗੁਰਦੁਆਰੇ ਦੇ ਲੰਗਰ ਵਿੱਚ ਬਣ ਕੇ ਇੱਥੋਂ ਦੀਆਂ ਬੀਬੀਆਂ, ਮਾਤਾਵਾਂ, ਭੈਣਾਂ, ਬੱਚੀਆਂ ਉਹ ਵਲੰਟੀਅਰ ਵਜੋਂ ਹਫ਼ਤਿਆਂ ਬੱਧੀ ਇਉਂ ਇਹ ਉੱਦਮ ਤੇ ਕੰਮ ਕਾਰਜ ਕਰਦੀਆਂ ਨੇ। ਜਿਵੇਂ ਅੱਧੀ ਪੌਣੀ ਸਦੀ ਪਹਿਲਾਂ ਅੱਜ ਤਾਂ ਚਲੇ ਜਾਂਦੇ ਆ ਨਾ ਵਿਆਹ, ਉੱਥੇ ਮੈਰਿਜ ਪੈਲਸ 'ਚ ਹੀ ਹੋ ਜਾਂਦਾ, ਕੁਝ ਘੰਟਿਆਂ 'ਚ ਭੁਗਤ ਜਾਂਦਾ। ਪਰ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਕਿਸੇ ਦੇ ਘਰ ਵਿੱਚ ਵਿਆਹ ਹੁੰਦਾ ਸੀ ਵਿਢਿਆ ਜੀ, ਤੇ ਸ਼ਰੀਕਾ, ਭਾਈਚਾਰਾ ਤੇ ਰਿਸ਼ਤੇਦਾਰ ਆਣ ਕੇ ਉਤਸ਼ਾਹ ਨਾਲ ਹਰ ਕੋਈ ਕੰਮ ਕਰਦਾ ਸੀ। ਮੈਂ ਇੱਥੇ ਇਹਨਾਂ ਗੇਮਾਂ ਦੇ ਵਿੱਚ ਅਜਿਹਾ ਉਤਸ਼ਾਹ ਆਸਟ੍ਰੇਲੀਆ ਆਪਣਾ ਗ੍ਰਿਫਿਥ ਦੀਆਂ ਸੰਗਤਾਂ ਦੇ ਵਿੱਚ ਵੇਖਿਆ ਕਿ ਹਰ ਕੋਈ ਆਪਣਾ ਆਪਣਾ ਹਿੱਸਾ ਪਾ ਰਿਹਾ ਵਲੰਟੀਅਰ ਦੇ ਤੌਰ ਤੇ, ਤੇ ਇਹ ਵੀ ਬੜੀ ਵਧੀਆ ਗੱਲ ਹੈ। ਫਿਰ ਕਮੇਟੀ ਕਿੰਨਿਆਂ ਹਫ਼ਤਿਆਂ ਤੋਂ ਹਰ ਸਿੱਖ ਦੇ ਗ੍ਰਿਫਿਥ, ਛੋਟੇ ਛੋਟੇ ਗੁਆਂਢੀ ਟਾਉਨਾਂ ਦੇ ਇੱਕ ਇੱਕ ਸਿੱਖ ਦੇ ਘਰ ਵਿੱਚ ਜਾ ਕੇ ਉਗਰਾਹੀ ਕਰਕੇ ਲਿਆ ਰਹੀ ਹੈ। ਉਹ ਖੁੱਲ੍ਹਾ ਖਰਚ ਖਾਣ ਪੀਣ, ਰਾਸ਼ਨ ਪਾਣੀ ਆਦਿ ਤੇ ਸਾਰਾ ਹੋ ਰਿਹਾ ਵਾ। ਆਈਆਂ ਅੱਗੇ ਟੀਮਾਂ ਵਾਸਤੇ, ਟੀਮਾਂ ਦੇ ਕੋਚਾਂ ਵਾਸਤੇ, ਉਹਨਾਂ ਦੇ ਪ੍ਰਬੰਧਕਾਂ ਵਾਸਤੇ, ਆਏ ਦੂਰ ਦੁਰਾਡਿਓ ਦਰਸ਼ਕਾਂ ਵਾਸਤੇ। ਤੇ ਜੇ ਕੋਈ ਇਸ ਉਗਰਾਹੀ ਖਰਚ ਦੇ ਵਿੱਚ ਹੋਰ ਵੱਡੀ ਗੱਲ ਵੀ ਜੇ ਕੋਈ ਪੈਸਾ ਬਚ ਜਾਵੇ ਤਾਂ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਉਸਾਰੀ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ, ਨਾ ਕਿ ਉਹਨੂੰ ਡਿਨਰ ਡਾਂਸ ਵਿੱਚ ਖਰਚ ਕੀਤਾ ਜਾਂਦਾ। ਸੋ ਇਹ ਵੀ ਇੱਕ ਚੰਗਾ ਹੀ ਕਹਿ ਸਕਦੇ ਹਾਂ ਵੀ ਜਿਹੜਾ ਤੁਹਾਡੇ ਇੱਕ ਇੱਕ ਪੈਸੇ ਦਾ ਜਿਹੜਾ ਮੁੱਲ ਆ ਉਹ ਸਹੀ ਢੰਗ ਨਾਲ ਮੋੜਿਆ ਜਾਂਦਾ। ਫਿਰ ਹੋਰ ਗੱਲ ਕਿ ਸਮੇਂ ਸਮੇਂ ਪ੍ਰਬੰਧਕਾਂ ਨਾਲ ਇਹ ਵੀ ਬੇਨਤੀ ਕੀਤੀ ਜਾਂਦੀ ਰਹਿੰਦੀ ਹੈ ਕਿ ਭਾਈ, ਕਿਉਂਕਿ ਇਹ ਖੇਡਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨੇ, ਉਹਨਾਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਣ ਵਾਸਤੇ ਤੇ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਕੀਤੀਆਂ ਜਾਂਦੀਆਂ। ਇਸ ਲਈ ਖੇਡ ਦੇ ਮੈਦਾਨ ਦੇ ਵਿੱਚ ਕੋਈ ਵੀ ਦਰਸ਼ਕ, ਪ੍ਰਬੰਧਕ, ਖਿਡਾਰੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਨਾ ਆਵੇ। ਜੀ ਜੀ ਬਿਲਕੁਲ। ਨਸ਼ਾ ਕਰਕੇ ਆਉਣ ਦੇ ਨਾਲ ਅਸੀਂ ਉਹਨਾਂ ਦੇ ਸਤਿਕਾਰ ਦੇ ਵਿੱਚ ਘਾਟਾ ਪਾ ਰਹੇ ਹਾਂ, ਪੂਰਾ ਸਤਿਕਾਰ ਨਹੀਂ ਕਰ ਰਹੇ। ਸੋ ਇਸ ਲਈ ਇਹਨਾਂ ਖੇਡਾਂ ਦੀ ਬਾਕੀ ਖੇਡਾਂ ਨਾਲੋਂ ਵਿਸ਼ੇਸ਼ਤਾਈ, ਵਿਲੱਖਣਤਾਈ ਹੈ ਇਹਨਾਂ ਗੱਲਾਂ ਕਰਕੇ ਕਿ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਹੋ ਰਹੀਆਂ, ਸਾਰੀਆਂ ਬੀਬੀਆਂ ਸੰਗਤਾਂ ਪ੍ਰੇਮ ਨਾਲ ਲੰਗਰ ਸਭ ਆਏਗਾ ਲਈ ਤਿਆਰ ਕਰ ਰਹੀਆਂ, ਇੱਥੇ ਨਸ਼ਿਆਂ ਦੀ ਵਰਤੋਂ ਤੋਂ ਮਨਾਹੀ ਕੀਤੀ ਜਾਂਦੀ ਹੈ, ਤੇ ਇੱਥੇ ਹੋਰ ਡਿਨਰ ਡਾਂਸ ਆਦਿਕ ਗਵਈਆਂ ਨੂੰ, ਲਚਰਾਂ ਨੂੰ ਸੱਦ ਕੇ ਸੰਗੀਤ ਉਹ ਜਿਹੇ ਗਾਣੇ ਵਜਾਣੇ ਨਹੀਂ ਕੀਤੇ ਜਾਂਦੇ। ਇਸ ਲਈ ਇੱਥੋਂ ਦੇ ਪ੍ਰਬੰਧਕ, ਇੱਥੋਂ ਦੀ ਸੰਗਤ, ਇੱਥੋਂ ਦੇ ਵਸਿੰਦੇ ਸਾਰੇ ਹੀ ਵਧਾਈ ਦੇ ਪਾਤਰ ਨੇ। ਨਿਰੰਕਾਰ ਮਿਹਰ ਕਰੇ ਕਿ ਇਹੋ ਜਿਹੀ ਸਮੱਤ, ਇਹੋ ਜਿਹੀ ਸਿੱਖਿਆ ਦੇ ਉੱਪਰ ਇੱਥੋਂ ਦੀ ਸੰਗਤ ਵੀ ਚੱਲਦੀ ਰਹੇ ਤੇ ਬਾਕੀ ਥਾਨਾਂ ਦੀ ਸੰਗਤ ਵੀ ਇਹਨਾਂ ਤੋਂ ਅਜਿਹੀ ਸੁਚੰਗੀ ਪ੍ਰੇਰਨਾ ਪ੍ਰਾਪਤ ਕਰੇ। ਜੀ 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 ਕਹਿੰਦੇ ਜੀ, ਦੇਖੋ ਇੱਕ ਤਾਂ ਇਹ ਗੱਲਾਂ ਆਪਣੀਆਂ ਜਿਹੜੀਆਂ ਜਨਰਲ ਗੱਲਾਂ ਆਈਆਂ, ਪਰ ਤੁਸੀਂ ਹੁਣ ਜੇ ਪਰਸਨਲ ਗਿਆਨੀ ਸੰਤੋਖ ਸਿੰਘ ਦੇ ਵਜੋਂ ਅਸੀਂ ਗੱਲ ਕਰੀਏ, ਇੱਕ ਲੇਖਕ ਦੇ ਤੌਰ ਤੇ ਗੱਲ ਕਰੀਏ, ਤਾਂ ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਆ ਰਹੇ ਹੋ ਤੇ ਤੁਸੀਂ ਕੀ ਇਹਨਾਂ ਗੇਮਾਂ ਬਾਰੇ ਕੁਛ ਲਿਖਿਆ ਜਾਂ ਕੁਛ ਇਹਨਾਂ ਗੇਮਾਂ ਬਾਰੇ ਕਿਤੇ ਕੋਈ ਗੱਲ ਤੁਸੀਂ ਕਿਤਾਬਾਂ 'ਚ ਲਿਖੀ ਜਾਂ ਕਿਸੇ ਆਪਦੇ ਲੇਖਾਂ ਦੇ ਵਿੱਚ ਤੁਸੀਂ ਇਹ ਗੱਲ ਸਾਂਝੀ ਕੀਤੀ ਹੋਵੇ? ਉਹ ਇਹ ਹੈ ਵੀ ਮੈਂ ਤੀਜੀ ਵਾਰੀ ਆਇਆ ਵੈਸੇ। ਜੀ ਜੀ। ਇੱਕ ਵਾਰੀ ਤੇ ਸ਼ੁਰੂ 'ਚ ਉੱਥੇ ਗੁਰਦੁਆਰੇ ਦੇ ਨੇੜੇ ਗਰਾਊਂਡ ਦੇ ਵਿੱਚ ਸੀਗਾ। ਜੀ ਜੀ ਪਹਿਲਾਂ ਉੱਥੇ ਸੀ। ਹਾਂ, ਉੱਥੇ ਉਹ ਇਨਾਮ ਵੰਡਣ ਲਈ ਵੀ ਮੇਰੀ ਡਿਊਟੀ ਪ੍ਰਬੰਧਕਾਂ ਨੇ ਲਾਈ, ਤੇ ਫਿਰ 2 ਸਾਲ ਹੋਏ ਆ ਮੈਂ ਇਸ ਥਾਂ ਤੇ ਵੀ ਆਇਆ ਸੀ, ਤੇ ਹੁਣ ਮੈਂ ਤੀਜੀ ਵਾਰੀ ਆਇਆ। ਤੇ ਇੱਥੇ ਹੁਣ ਤੁਸੀਂ ਦੇਖਿਆ ਹੋਏਗਾ ਇੱਕ ਸਾਡਾ ਵਿਰਸਾ ਸ਼ੈਪਟਨ ਤੋਂ ਅਖਬਾਰ ਨਿਕਲਦੀ ਹੈ, ਉਹਨਾਂ ਨੇ ਮੇਰੇ ਕੋਲ ਮੰਗ ਕੇ ਲੇਖ ਲਿਆ ਸੀ ਤੇ ਉਹਨੂੰ ਐਡੀਟੋਰੀਅਲ ਵਜੋਂ ਲਾਇਆ। ਇਹ ਵੱਖਰੀ ਗੱਲ ਹੈ ਕਿ ਉਹ ਵਿਚਕਾਇਓ ਜਿਉਂ ਆਰੰਭ ਹੋ ਗਿਆ। ਜੀ ਜੀ। ਤੇ ਉਹ ਮੋਰਲਾ ਪਾਸਾ ਪਿੱਛੇ ਲੱਗ ਗਿਆ ਤੇ ਪਿਛਲਾ ਹਿੱਸਾ ਜਿਹੜਾ ਸੀ ਉਹ ਮੋਹਰੇ ਲੱਗ ਗਿਆ, ਪਰ ਉਹਦੇ ਵਿੱਚ ਮੈਂ ਇੱਥੋਂ ਦੀਆਂ ਗੇਮਾਂ ਬਾਰੇ ਆ ਗੱਲਾਂ ਸਾਰੀਆਂ ਕੀਤੀਆਂ ਨੇ। ਤੇ ਨਾਲ ਹੀ ਉਸ ਲੇਖ ਦੇ ਵਿੱਚ ਮੈਂ ਇਹ ਵੀ ਕਿਹਾ ਕਿ ਇੱਥੇ ਗ੍ਰਿਫਿਥ ਦੇ ਵਿੱਚ ਬਹੁਤ ਥੋੜ੍ਹੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਸਦੀਆਂ ਨੇ, ਪਰ ਇਹਨਾਂ ਨੇ ਸਤਿਗੁਰੂ ਵੱਲੋਂ ਬਖਸ਼ਿਸ਼ ਕੀਤੀ ਪ੍ਰੇਰਨਾ
ਤੇ ਆਪਣੇ ਉਦਮ ਦੇ ਨਾਲ 7.5 acres ਜ਼ਮੀਨ ਲੈ ਕੇ ਜੀ ਜੀ ਮੈਲਬਰਨ ਨੂੰ ਜਾਣ ਵਾਲੀ ਮੇਨ ਸੜਕ ਦੇ ਕਿਨਾਰੇ ਦੇ ਉੱਪਰ ਬਹੁਤ ਵਿਸ਼ਾਲ ਬਿਲਡਿੰਗ ਦੇ ਰੂਪ ਦੇ ਵਿੱਚ ਗੁਰਦੁਆਰਾ ਉਸਾਰਨਾ ਸ਼ੁਰੂ ਕੀਤਾ, ਜਿਸ ਦੀਆਂ ਕੰਧਾਂ ਵੀ ਬਣ ਗਈਆਂ ਨੇ, ਛੱਤ ਵੀ ਪੈ ਗਈ ਹੈ ਤੇ ਬਾਕੀ ਸਾਰੇ ਕੰਮ ਜਿਹੜੇ ਹੋ ਰਹੇ ਆ ਤੇ ਥੋੜੀ ਗਿਣਤੀ ਵਿੱਚ ਹੀ ਇਹਨਾਂ ਨੇ, ਜਦੋਂ ਕਿ ਤੁਸੀਂ ਦੇਖਦੇ ਹੋ ਆਸਟ੍ਰੇਲੀਆ ਵਿੱਚ ਹਰ ਗੁਰਦੁਆਰਾ ਬਣਾਉਣ ਵਾਲੇ ਪ੍ਰਬੰਧਕਾਂ ਨੇ ਬੈਂਕ ਤੋਂ ਕਰਜ਼ਾ ਲੈ ਕੇ ਗੁਰਦੁਆਰਾ ਬਣਾਇਆ ਜੀ ਜੀ। ਇਸ ਗ੍ਰਿਫਿਥ ਦੀ ਇੱਕ ਇਹ ਵੀ ਵਿਸ਼ੇਸ਼ਤਾ ਹੀ ਆ, ਇਹਨਾਂ ਨੇ ਭਾਵੇਂ ਕਿ ਕਰਜ਼ਾ ਬੈਂਕ ਤੋਂ ਮਨਜ਼ੂਰ ਕੀਤਾ ਹੋਇਆ ਉਹਨੂੰ ਰਾਖਵਾਂ ਰੱਖਿਆ ਹੋਇਆ, ਪਰ ਉਹਦੇ ਵਿੱਚ ਇੱਕ ਡਾਲਰ ਵੀ ਨਹੀਂ ਵਰਤਿਆ, ਪਰਸਪਰ ਸੰਗਤਾਂ ਪਾਸੋਂ ਪਰਿਵਾਰਾਂ ਪਾਸੋਂ ਉਗਰਾਹੀ ਕਰਕੇ ਹੀ ਇਹ ਸਾਰਾ ਖਰਚ ਹੋ ਰਿਹਾ। ਮਲਟੀ ਮਿਲੀਅਨ ਡਾਲਰ ਦਾ ਇਹ ਬਜਟ ਹੈ। ਇੱਥੋਂ ਦੇ ਪ੍ਰਬੰਧਕਾਂ ਵੱਲੋਂ ਦੂਰ ਦੁਰਾਡੇ ਆਈਆਂ ਸੰਗਤਾਂ ਨੂੰ ਵੀ ਗਾਏ ਬਗਾਏ ਬੇਨਤੀ ਕੀਤੀ ਜਾਂਦੀ ਹੈ ਕਿ ਤਿਲ ਫੁੱਲ ਜੋ ਵੀ ਹਸੀਅਤ ਹੋਵੇ, ਜੋ ਵੀ ਸ਼ਰਧਾ ਹੋਵੇ, ਜ਼ਰੂਰ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਫੰਡ ਦੇ ਵਿੱਚ ਹਿੱਸਾ ਪਾ ਕੇ ਜਾਣ। ਜਿਹੜੇ ਨਾਂ ਲੈ ਕੇ ਆਏ ਹੁਣ ਹਿੱਸਾ ਪਾਉਣਾ ਚਾਹੁੰਦੇ ਹੋਣ ਪਰ ਇਸ ਵੇਲੇ ਕੋਲ ਨਹੀਂ, ਉਹ ਵਾਪਸ ਜਾ ਕੇ ਚੈੱਕ ਵੀ ਭੇਜ ਸਕਦੇ ਨੇ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਉਸਾਰੀ ਵਿੱਚ ਪਾਇਆ ਗਿਆ ਹਰ ਡਾਲਰ ਜਿਹੜਾ ਹਿੱਸਾ ਆ ਉਹ ਤੇ ਇਨਕਮ ਟੈਕਸ ਵੱਲੋਂ ਵੀ ਛੋਟ ਆ। ਇਹ ਗੱਲ ਵੱਖਰੀ ਹੈ ਕਿ ਅਸੀਂ ਸਿੱਖ ਜੋ ਗੁਰੂ ਘਰ ਨੂੰ ਭੇਟਾ ਕਰਦੇ ਹਾਂ ਇਨਕਮ ਟੈਕਸ ਦੀ ਛੋਟ ਦੇ ਲਾਲਚ ਵਿੱਚ ਨਹੀਂ ਕਰਦੇ। ਜੀ ਜੀ ਬਿਲਕੁਲ, ਇਹ ਸੱਚ ਹੈ, ਇੱਕ ਬਹੁਤ ਵੱਡਾ, ਇਹ ਬੜੀ ਵੱਡੀ ਗੱਲ, ਅਸੀਂ ਇਨਕਮ ਟੈਕਸ ਬਚਾਉਣ ਲਈ ਨਹੀਂ ਗੁਰੂ ਨੂੰ ਭੇਟਾ ਤੇ ਕਰਦੇ ਉਗਰਾਹੀ ਦਿੰਦੇ, ਪਰ ਫਿਰ ਵੀ ਜੇ ਹੁਣ ਅਸੀਂ $100 ਭੇਟਾ ਕੀਤਾ ਗੁਰੂ ਨੂੰ ਤੇ ਉਹ ਚੋਂ 25-30 ਜੇ ਸਰਕਾਰ ਦਾ ਹਿੱਸਾ ਆਉਂਦਾ ਮੁੜਦੇ ਆ ਤੇ ਵੱਢ ਤੇ ਰਹੋਗੇ ਨੇ ਸ਼ਹੀਦਾਂ ਦੇ ਲਿਟਰੇਚਰ ਬਾਰੇ ਵੀ ਥੋੜਾ ਜਿਹਾ ਜਾਂਦੇ ਚਾਨਣਾ ਪਾਓ ਕਿ ਤੁਸੀਂ ਕੀ ਸੋਚਦੇ ਸਾਰੀਆਂ ਗੱਲਾਂ ਬਾਰੇ। ਕਿਵੇਂ, ਮੈਨੂੰ ਸਵਾਲ ਦੀ ਪੂਰੀ ਸਮਝ ਨਹੀਂ ਆਈ। ਜਿਹੜੇ ਘੱਲੂਘਰ ਆ ਪਿਛਲੇ 29 ਤੋਂ ਅਸੀਂ ਇੱਕ ਦੁਖਾਂਤ ਭੋਗ ਰਹੇ ਹਾਂ ਜਾਂ ਜਿਹੜੇ ਸ਼ਹੀਦਾਂ ਨੂੰ ਅਸੀਂ ਯਾਦ ਕਰਨ ਦੇ ਖਾਤਰ ਇਹ ਐਡਾ ਵੱਡਾ ਟੂਰਨਾਮੈਂਟ ਵੀ ਹੋ ਰਿਹਾ ਜਾਂ ਪੰਜਾਬ 'ਚ ਵੀ ਦੇਖੀਏ ਤਾਂ ਹਰ ਥਾਂ 'ਤੇ ਦੁਨੀਆਂ ਭਰ ਦੇ ਵਿੱਚ ਇਹੋ ਜਿਹੇ ਵਰਤਾਰੇ ਹੁੰਦੇ ਆ ਜੂਨ ਮਹੀਨੇ ਦੇ ਵਿੱਚ, ਤੁਹਾਡੇ ਉਹਨਾਂ ਸ਼ਹੀਦਾਂ ਬਾਰੇ ਕੀ ਤੁਸੀਂ ਸੋਚਦੇ ਹੋ, ਕੀ ਇਹ ਬਾਰੇ ਤੁਸੀਂ ਕਹਿਣਾ ਚਾਹੋਗੇ? ਉਹ ਜੀ ਬੜ ਕੁਰਬਾਨੀ ਦੇ ਪੁਤਲੇ ਸਨ। ਦੇਖੋ, ਮਨੁੱਖ ਨੂੰ ਸਭ ਤੋਂ ਪਿਆਰਾ ਆਪਣਾ ਸਰੀਰ ਆ ਜੀ ਜੀ, ਤੇ ਜਿਹੜਾ ਕਿਸੇ ਅਸੂਲ ਖਾਤਰ, ਧਰਮ ਦੀ ਖਾਤਰ, ਕਿਸੇ ਅਣਖ ਦੀ ਰੱਖਿਆ ਦੀ ਖਾਤਰ ਆਪਣਾ ਸਿਰ ਤੱਕ ਵਾਰ ਦਿੰਦਾ ਆ, ਇਸ ਤੋਂ ਪਰੇ ਕੀ ਕੁਰਬਾਨੀ ਹੋ ਸਕਦੀ ਆ? ਉਹਨਾਂ ਦੀਆਂ ਬੜੀ ਭਾਰੀ ਕੁਰਬਾਨੀਆਂ ਨੇ। ਹਿੰਦੁਸਤਾਨ ਦੀ ਸਰਕਾਰ ਬੜੀ ਜ਼ਾਲਮ ਸਾਬਤ ਹੋਈ ਹੈ ਤੇ ਔਰ ਕਾਤਲਾਂ ਨੂੰ ਹੁਣ ਤੱਕ ਵੀ, ਤੁਸੀਂ ਦੇਖੋ ਹੁਣ ਇੱਕ ਬੰਦਾ ਆ, ਚਲੋ ਸਾਡੀ ਉਹਦੇ ਨਾਲ ਹਮਦਰਦੀ ਹੈ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਉਹ ਮਾਰਿਆ ਗਿਆ ਸਰਬਜੀਤ ਸਿੰਘ, ਠੀਕ ਹੈ। ਤੁਹਾਨੂੰ ਪਤਾ ਹੈ ਹਜ਼ਾਰਾਂ ਹੀ ਜਸੂਸ ਪਾਕਿਸਤਾਨ ਤੇ ਹਿੰਦੁਸਤਾਨ ਦੇ ਇੱਕ ਦੂਜੇ ਦੇ ਮੁਲਕ ਚ ਫਿਰ ਰਹੇ ਆ, ਬਿਲਕੁਲ ਹਜ਼ਾਰਾਂ, ਦੋਨਾਂ ਮੁਲਕਾਂ ਦੀਆਂ ਜੇਲ੍ਹਾਂ ਦੇ ਵਿੱਚ ਸੈਂਕੜੇ ਜਸੂਸ ਕੈਦ ਨੇ ਜੀ, ਔਰ ਉਹਨਾਂ ਵਿੱਚੋਂ ਕੋਈ ਪਾਗਲ ਹੋ ਚੁੱਕੇ ਨੇ, ਬੜੀ ਮਾੜੀ ਹਾਲਤ ਵਿੱਚ ਹੈ। ਉਹਨਾਂ ਦੇ ਵਿੱਚੋਂ ਇੱਕ ਸਰਬਜੀਤ ਸਿੰਘ ਵੀ ਸੀ ਜੀ ਜੀ, ਉਹਦੀ ਕੋਈ ਕਹੀ ਜਾਂਦੀ ਭੈਣ ਨੇ ਇੰਨੀ ਮੁਹਿੰਮ ਚਲਾਈ ਕਿ ਉਹ ਲਾਈਟ ਦੇ ਵਿੱਚ ਆ ਗਿਆ, ਉਹਨੂੰ ਉੱਥੇ ਜੇਲ੍ਹ ਦੇ ਦੂਜੇ ਕੈਦੀ ਨੇ ਮਾਰ ਦਿੱਤਾ ਜੀ, ਬਹੁਤ ਮਾੜੀ ਗੱਲ ਹੋਈ, ਸਾਡੀ ਉਹਦੇ ਨਾਲ ਹਮਦਰਦੀ ਹੈ। ਪਰ ਭਾਈ ਉਹ ਇੱਕ ਕੈਦੀ, ਜਦੋਂ ਕਿ ਉਹਦਾ ਪਰਿਵਾਰ 18 ਤੋਂ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਉਹ ਜਸੂਸ ਨਹੀਂ ਸੀ, ਉਹਨੇ ਉੱਥੇ ਬੰਬ ਚਲਾ ਕੇ ਬੰਦੇ ਨਹੀਂ ਮਾਰੇ, ਉਹ ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਗਲਤੀ ਨਾਲ ਬਾਰਡਰ ਪਾਰ ਕਰ ਗਿਆ ਤੇ ਫੜਿਆ ਗਿਆ। ਉਹ ਕਹਿਣ ਵਾਲੇ ਵੀ ਕਹਿੰਦੇ ਆ ਕਿ ਭਾਈ ਘਰ ਤੋਂ 15 miles ਦੂਰ ਤੇ 15 kilometers ਦੂਰ ਬਾਰਡਰ ਸੀ, ਉੱਥੇ ਲੋਹੇ ਦੀ ਤਾਰ ਲੱਗੀ ਹੋਈ ਸੀ, ਇੱਕ ਸ਼ਰਾਬੀ ਬੰਦਾ 15 kilometers ਤੁਰ ਕੇ ਲੋਹੇ ਦੀ ਤਾਲ ਟੱਪ ਕੇ ਪਰਲੇ ਪਾਸੇ ਚਲਾ ਗਿਆ। ਅੱਛਾ ਚਲੋ, ਪਰ ਪਾਕਿਸਤਾਨ ਦੀ ਸਰਕਾਰ ਕਹਿੰਦੀ ਹੈ ਕਿ ਸਰਬਜੀਤ ਸਿੰਘ ਦੇ ਮਨਜੀਤ ਸਿੰਘ ਆ, ਇਹਨੇ ਫਲਾਣੇ ਫਲਾਣੇ ਥਾਂ ਬੰਬ ਚਲਾ ਕੇ ਇਹਨੇ ਬੰਦੇ ਮਾਰਤੇ ਆ, ਇਹਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਅੱਛਾ, ਜੇ ਗੱਲ ਪਾਕਿਸਤਾਨ ਸਰਕਾਰ ਦੀ ਸਾਬਤ ਕਰਤੀ ਹੈ ਹਿੰਦੁਸਤਾਨ ਸਰਕਾਰ ਨੇ ਕਿ ਉਹਦਾ ਪਰਿਵਾਰ ਗਲਤ ਆ, ਝੂਠ ਬੋਲਦਾ ਸੀ, ਪਾਕਿਸਤਾਨ ਦੀ ਸਰਕਾਰ ਸਹੀ ਸੀ, ਕਿਉਂਕਿ ਜੇ ਉਹਨੇ ਕੋਈ ਹਿੰਦੁਸਤਾਨ ਸਰਕਾਰ ਲਈ ਕੰਮ ਨਹੀਂ ਕੀਤਾ, ਉੱਥੇ ਜਸੂਸ ਨਹੀਂ ਸੀ ਤੇ ਉਹਨੂੰ ਕੌਮੀ ਸ਼ਹੀਦ ਤੇ ਸਪੈਸ਼ਲ ਪੰਜਾਬ ਅਸੈਂਬਲੀ ਦਾ ਸੈਸ਼ਨ
ਸਦਕੇ ਉਹਨੂੰ ਆਪਣਾ ਕੌਮੀ ਸ਼ਹੀਦ ਐਲਾਨ ਕੀਤਾ। ਕਰੋੜ ਰੁਪਇਆ ਵੀ ਦਿੱਤਾ ਪੰਜਾਬ ਸਰਕਾਰ ਵੱਲੋਂ, ਆਪਣਾ ਕੀ ਉਹਨੂੰ ਕਹਿੰਦੇ ਨੇ, 1 ਕਰੋੜ ਰੁਪਇਆ ਉਹਦੇ ਟੱਬਰੋਂ ਦਿੱਤਾ ਗਿਆ। ਹਿੰਦੁਸਤਾਨ ਦੀ ਸਰਕਾਰ ਨੇ ਉਹਨੂੰ ਕੌਮੀ ਸ਼ਹੀਦ ਐਲਾਨ ਕੇ 25 ਲੱਖ ਰੁਪਇਆ ਦਿੱਤਾ। ਦੋ ਉਹਦੀਆਂ ਧੀਆਂ ਨੂੰ, ਇੱਕ ਨੂੰ ਤਹਿਸੀਲਦਾਰ ਨੀ, ਇੱਕ ਨੂੰ ਟੀਚਰ ਦੀ ਜੋਬ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ। ਤੇ ਉਹਦੇ ਮੁਕਾਬਲੇ ਤੇ ਕਿੰਨੇ ਅੱਜ ਜੇਲ੍ਹਾਂ ਦੇ ਵਿੱਚ ਨੌਜਵਾਨ ਸਿੱਖ ਸਜਾਵਾਂ ਭੁਗਤ ਰਹੇ ਨੇ, ਕਿੰਨੇ ਕਤਲ ਹੋਏ ਨੇ। ਤੇ ਇੱਕ ਸਰਬਜੀਤ ਸਿੰਘ ਦੀ ਪਾਕਿਸਤਾਨ ਦੀ ਜੇਲ੍ਹ ਦੀ ਮੌਤ ਵਿੱਚ ਸਪੈਸ਼ਲ ਅਸੈਂਬਲੀ ਦਾ ਸੈਸ਼ਨ ਸੱਦ ਕੇ ਉਹਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਸਰਬਸੰਮਤੀ ਨਾਲ। ਤੇ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਵਰਗੇ ਕਿੰਨੇ ਜੇਲ੍ਹਾਂ ਵਿੱਚ ਰੁਲ ਰਹੇ ਨੇ, ਔਰ ਕਿੰਨੇ ਝੂਠੇ ਮੁਕਾਬਲੇ ਜੇ ਮਾਰੇ ਗਏ, ਉਹਨਾਂ ਲਈ ਕਹਿੰਦੇ ਹਾਂ ਦਾ ਨਾਰਾ ਨੀ ਮਾਰਿਆ। ਕਿੰਨਾ ਕੁਝ ਹੋਇਆ 84 ਦੇ ਵਿੱਚ, ਗੋਲਡਨ ਟੈਂਪਲ ਅਟੈਕ ਦਿੱਲੀ ਦੰਗੇ, ਗੋਲਡਨ ਟੈਂਪਲ ਅਟੈਕ ਦਿੱਲੀ ਦੰਗੇ, ਉਹਨਾਂ ਨੂੰ ਇਹ ਕੋਇਨ ਕਰਕੇ ਨਾਂ ਦੇ ਕੇ ਉਹਨਾਂ ਨੂੰ ਛੁਟਿਆਇਆ ਜਾ ਰਿਹਾ। ਇਹ ਗੋਲਡਨ ਟੈਂਪਲ ਅਟੈਕ ਨਹੀਂ ਸੀ, ਇਹ ਟੈਂਕਾਂ ਤੋਪਾਂ ਨਾਲ ਦੁਨੀਆਂ ਦੀ 4th ਨੰਬਰ ਦੀ ਫੌਜ ਨੇ ਸਾਰੀ ਸਿੱਖ ਕੌਮ ਦੇ ਉੱਪਰ ਹਮਲਾ ਕੀਤਾ ਸੀ। ਤੇ ਉਹ ਦਿੱਲੀ ਦੰਗੇ ਨਹੀਂ ਸੀ, ਦੰਗੇ ਹੁੰਦੇ ਆ ਦੋਵਾਂ ਧਿਰਾਂ ਵੱਲੋਂ ਬਰਾਬਰ ਦੇ, ਕੋਈ 19 ਹੋ ਗਿਆ, ਕੋਈ 21 ਹੋ ਗਿਆ, ਜਿਹਨੇ ਪਹਿਲ ਕਰ ਲਈ ਉਹ 21 ਹੋ ਗਿਆ, ਜਿਹਨੇ ਜਵਾਬ ਦਿੱਤਾ 19 ਹੋ ਗਿਆ। ਇਹ ਤਾਂ ਇੱਕ ਪਾਸੜ ਸਰਕਾਰੀ ਅਗਵਾਈ ਹੇਠਾਂ ਕਤਲਾਮ ਸੀ, ਇਹ ਸਿੱਖਾਂ ਦਾ ਕਤਲਾਮ ਸੀ, ਦਿੱਲੀ ਦੰਗੇ ਨਹੀਂ ਸੀ। 200 ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕਤਲਾਮ ਹੋਇਆ। 1.5 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੇ ਮੰਜੇ ਤੇ ਪਏ ਬਜ਼ੁਰਗ ਤੱਕ ਨੂੰ ਉਹਨਾਂ ਨੇ ਮਾਰ ਕੀਤਾ। ਔਰ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਤਾਂ ਕੀ, ਉਹ ਜਿਹੜੇ ਸੋ ਕਾਲਡ ਅਕਾਲੀ ਜਿਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਮੁੱਲ ਵੱਟ ਕੇ ਸਰਕਾਰ ਤੇ ਕਾਬਜ ਨੇ, ਉਹਨਾਂ ਨੇ ਪੰਜਾਬ ਅਸੈਂਬਲੀ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ। ਜੀ ਜੀ, ਸਰਬਜੀਤ ਸਿੰਘ ਵਾਸਤੇ ਕੋਈ ਬਹੁਤ ਵੱਡੀ ਸੱਚਾਈ ਹੈ ਜੀ। ਬਸ ਉਹਨੇ ਕੀ, ਸਰਬਜੀਤ ਸਿੰਘ ਦੇ ਮੌਤ ਦਾ ਸਾਨੂੰ ਅਫਸੋਸ ਆ, ਪਰਿਵਾਰ ਨਾਲ ਹਮਦਰਦੀ ਆ, ਪਰ ਕਿੰਨਾ ਉਹਦੀ ਭੈਣ ਨੇ ਧਨ ਪਹਿਲਾਂ ਇਕੱਠਾ ਕਰ ਲਿਆ, ਜਿਹੜੀ ਮੂਵੀ ਬਣਾਉਣ ਦੀ ਪ੍ਰਾਜ ਬਣਾ ਰਹੀ ਸੀ, ਫਿਰ ਉਹ ਫਿਰ ਭਈ ਵਾਰਸ ਤਾਂ ਉਹਦੀ ਸੀਗੀ ਘਰ ਵਾਲੀ। ਜੀ ਜੀ ਜੀ, ਤੇ ਬਾਦਲ ਜੀ ਜਾਂਦੇ ਨੇ 25-25 ਲੱਖ ਦੇ ਚੈੱਕ ਚਾਰ ਦਾ ਹੀ ਵੰਡਦੇ ਨੇ, 25 ਲੱਖ ਘਰ ਵਾਲੀ ਨੂੰ ਦਿੰਦੇ, 25-25 ਲੱਖ ਦੋ ਧੀਆਂ ਨੂੰ, 25 ਲੱਖ ਭੈਣ ਨੂੰ। ਤੇ ਭੈਣ ਥੋੜੀ ਵਾਰਸ ਹੁੰਦੀ ਆ ਮਰਨ ਵਾਲੇ ਦੀ, ਵਾਰਸ ਤਾਂ ਉਹਦੀ ਪਤਨੀ ਆ ਜਾਂ ਉਹਦਾ ਬੱਚੇ ਨੇ ਜਾਂ ਉਹਦੇ ਕੋਈ ਮਾਂ ਪਿਓ ਨੇ, ਜੇ ਬੱਚੇ ਨਹੀਂ ਹੈ। ਬਸ ਅਸੀਂ ਇਹੀ ਚੀਜ਼ ਦਾ ਸਵਾਲ ਜਾਨਣਾ ਚਾਹੁੰਦੇ ਸੀ, ਤਾਂ ਇਹ ਗੱਲ ਸਪਸ਼ਟ ਹੋ ਗਈ ਹੈ ਸਾਡੇ ਸਰੋਤੇ ਨੂੰ ਵੀ, ਸਾਡੇ ਦਰਸ਼ਕਾਂ ਨੂੰ ਵੀ ਸਪਸ਼ਟ ਹੋ ਗਈ ਹੈ ਗੱਲ, ਵੀ ਸਾਨੂੰ ਜੇ ਮਾਈਨੋਰਿਟੀ 'ਚ ਮੰਨਿਆ ਜਾਂਦਾ ਜਾਂ ਘੱਟ ਗਿਣਤੀ 'ਚ ਮੰਨਿਆ ਜਾਂਦਾ ਤਾਂ ਸਾਨੂੰ ਇਨਸਾਫ ਦੇ ਮਾਮਲੇ 'ਚ ਵੀ ਬਹੁਤ ਹੀ ਘੱਟ ਅੰਕਿਆ ਜਾਂਦਾ, ਬਹੁਤ ਘੱਟ ਢੰਗ ਨਾਲ ਸਾਨੂੰ ਇਨਸਾਫ ਮਿਲ ਰਿਹਾ, ਛੋਟੇ ਪੈਮਾਨੇ 'ਤੇ ਸਾਨੂੰ ਸਮਝ ਕੇ ਇਗਨੋਰ ਕੀਤਾ ਜਾਂਦਾ। ਸੋ ਬਹੁਤ ਬਹੁਤ ਮਿਹਰਬਾਨੀ ਗਿਆਨੀ ਜੀ, ਤੁਸੀਂ ਹਰਮਨ ਨਿੱਕੀ ਜੀ ਗੱਲ ਹੋਰ ਕਰ ਲਈ ਹੈ ਜੀ। ਇੱਥੇ ਨਾ ਆਪਣਾ ਸਿਡਨੀ ਵਿੱਚ ਬਹੁਤ ਵੱਡੀ ਅਹਿਮਦੀ ਮੁਸਲਮਾਨਾਂ ਨੇ ਮਸੀਤ ਉਸਾਰੀ, ਤੇ ਉਹਦੇ ਉਦਘਾਟਨ ਦੇ ਵਿੱਚ ਉਹਨਾਂ ਦੇ ਖਲੀਫਾ ਸਾਹਿਬ ਆਏ ਜੀ, ਤੇ ਮੈਨੂੰ ਵੀ ਉਹਨਾਂ ਨੇ ਸੱਦ ਲਿਆ ਜੀ ਜੀ, ਤੇ ਅਸੀਂ ਉਹ ਪੰਜਾਬੀ ਵਿੱਚ ਗੱਲ ਕਰਨ ਲੱਗ ਪਏ। ਉਹ ਕਾਦੀਆਂ ਦੇ ਨਾ, ਪੰਜਾਬ ਬਾਜੇ ਦੇ ਮਝੈਲ ਨੇ, ਸ਼ੁੱਧ ਮਝੈਲ ਨੇ ਕਾਦੀਆਂ ਦੀ, ਉਹ ਜਰਨਲਿਸਟ ਆਲੇ ਦੁਆਲੇ ਪੱਤਰਕਾਰ ਵੇਖੀ ਜਾਣ ਸਾਡੇ, ਮਤਲਬ ਮੈਂ ਕਿਹਾ ਵੀ ਯਾਰ ਟਾਕਿੰਗ ਇਨ ਅਵਰ ਮਦਰ ਟੰਗ ਟੂ ਸੇਮ ਏਰੀਆ, ਤੇ ਉਹ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਖਲੀਫਾ ਸਾਹਿਬ ਤੁਹਾਡੇ ਪਾਕਿਸਤਾਨ ਦੇ ਵਿੱਚ ਛਿੱਤਰ ਪੈਂਦੇ ਨੇ, ਇਹ ਤੁਸੀਂ ਮੁਸਲਮਾਨ ਕਿਉਂ ਖਵਾਉਂਦੇ ਹੋ? ਉਹ ਇਹਨਾਂ ਉਹਨਾਂ ਨੇ ਇਹਨਾਂ ਨੂੰ ਕਾਫਰ ਕਰਾਰ ਦਿੱਤਾ ਕਨਸਟੀਟਿਊਸ਼ਨ ਦੇ ਵਿੱਚ, ਖਾਸ ਕਰ ਅਹਿਮਦੀਆਂ ਨੂੰ, ਅਹਿਮਦੀਆਂ ਨੂੰ ਨਾਨ ਮੁਸਲਮ। ਮੈਂ ਕਿਹਾ ਸਾਨੂੰ ਛਿੱਤਰ ਹਿੰਦੁਸਤਾਨ 'ਚ ਪੈਂਦੇ ਨੇ ਕਿ ਤੁਸੀਂ ਹਿੰਦੂ ਕਿਉਂ ਨਹੀਂ ਖਵਾਉਂਦੇ ਜੀ? ਸੋ ਜੇ ਹੁਣ ਹਿੰਦੁਸਤਾਨ ਦੇ ਮੁਤਾਬਕ ਅਸੀਂ ਨਾਨਕ ਪੰਥੀ ਹਿੰਦੂ ਬਣ ਕੇ ਵਿਚਰੀਏ, ਫਿਰ ਸਾਡੇ ਲਈ ਕੋਈ ਸਮੱਸਿਆ ਨਹੀਂ। ਜਿਵੇਂ ਸਿੱਖ ਕੌਮ ਖਾਲਸਾ ਹਿੰਦੂ ਤੁਰਕ ਦੋਹਾਂ ਤੇ ਨਿਆਰਾ, ਨਾ ਹਮ ਹਿੰਦੂ ਨਾ ਮੁਸਲਮਾਨ, ਅਸੀਂ ਬਰਾਬਰ ਦੇ ਸ਼ਹਿਰੀ ਹਾਂ, ਅਸੀਂ ਕੁਰਬਾਨੀਆਂ ਵੱਧ ਕੀਤੀਆਂ, ਅਸੀਂ ਬਰਾਬਰ ਬਣ ਕੇ ਰਹਿਣਾ ਆ, ਉੱਥੇ ਸਮੱਸਿਆ ਪੈਦਾ ਹੁੰਦੀ ਹੈ ਜੀ। ਬਿਲਕੁਲ ਗਿਆਨੀ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨਾ ਸਭ ਵਕਤ ਕੱਢਿਆ ਹਰਮਨ ਰੇਡੀਓ ਲਈ, ਤੇ ਤੁਸੀਂ ਮੈਨੂੰ ਲੱਗਦਾ ਸਾਡੇ ਸਰੋਤਿਆਂ ਨੇ ਤੁਹਾਡੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਿਆ ਹੋਣਾ। ਸੋ ਫਿਲਹਾਲ ਬਹੁਤ ਬਹੁਤ ਧੰਨਵਾਦ ਜੀ, ਫਿਰ ਕਿਸੇ ਦਿਨ ਜ਼ਰੂਰ ਜੁੜਦੇ ਹਾਂ ਜੀ, ਤੇ ਹੋਰ ਤੁਹਾਡੇ ਤੋਂ ਜਾਣਕਾਰੀ ਲੈਂਦੇ ਹਾਂ। ਬਹੁਤ ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।